ਅਤੀਬਾੜ ਜੀ, ਮੈਂ ਸੁਣਿਆ ਬੰਦੇ ਕਹਿੰਦੇ ਕਿ ਪਾਕਿਸਤਾਨੀ ਟੈਲੈਂਟ ਕੋਈ ਨਹੀਂ ਹੈ ਵੀ। ਪਾਕਿਸਤਾਨ ਵਿੱਚ ਅਲਹਮਦੁਲਿਲਾ ਟੈਲੈਂਟ ਬਹੁਤ ਹੈ, ਲੇਕਿਨ ਟੈਲੈਂਟ ਨੂੰ ਸਪੋਰਟ ਕਰਨ ਵਾਲਾ ਕੋਈ ਨਹੀਂ। ਅਤੀਬਾੜ ਜੀ, ਅੱਜ ਜੈਨਮਨ ਗੱਲ ਕੀਤੀ ਜੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, 100% ਵਧੀਆ ਗੱਲ ਕੀਤੀ ਹੈ। ਟੈਲੈਂਟ ਅਲਹਮਦੁਲਿਲਾ ਪਾਕਿਸਤਾਨੀ ਟੈਲੈਂਟ ਬਹੁਤ ਹੈ। ਅਤੀਬਾੜ ਜੀ, ਟੈਲੈਂਟ ਨੂੰ ਸਪੋਰਟ ਕਰਨ ਵਾਲਾ ਕੋਈ ਨਹੀਂ ਨਾ, ਮਸਲਾ ਹੈ ਵੀ ਟੈਲੈਂਟ ਨਾਲ ਭਰਿਆ ਪਾਕਿਸਤਾਨ, ਲੇਕਿਨ ਟੈਲੈਂਟ ਨੂੰ ਸਪੋਰਟ ਕਰਨ ਵਾਲਾ ਕੋਈ ਨਹੀਂ। ਜੇ ਜਾਹਲਾਂ ਨੂੰ ਸਮਝ ਆ ਜਾਏ ਨਾ ਸਾਡੀ ਟੈਲੈਂਟ ਵਾਲੇ ਬੰਦਿਆਂ ਦੀ, ਤਾਂ ਫਿਰ ਕੁਝ ਨਹੀਂ ਚਾਹੀਦਾ ਵੀ, ਫਿਰ ਟੈਲੈਂਟ ਨੂੰ ਸਪੋਰਟ ਕਰੇ। ਕਿਉਂਕਿ ਅਤੀਬਾੜ ਜੀ, ਜਿਹੜੇ ਬਗੈਰਤ ਹੁੰਦੇ ਨੇ ਬਗੈਰਤੀ ਨੂੰ ਸਪੋਰਟ ਕਰਦੇ, ਜਿਹੜੇ ਅੱਛੇ ਬੰਦੇ ਹੁੰਦੇ ਨੇ ਅੱਛੇ ਕੰਮ ਨੂੰ ਸਪੋਰਟ ਕਰਦੇ, ਕਿਉਂਕਿ ਅੱਛਾਈ ਥੋੜ੍ਹੀ ਹੈ ਬੁਰਾਈ ਜ਼ਿਆਦਾ ਹੈ ਇੱਥੇ ਮਾਸਰੇ ਵਿੱਚ, ਠੀਕ ਹੈ। ਅਤੇ ਇਸ ਕਰਕੇ ਅਸੀਂ ਫੇਮਸ ਨਹੀਂ ਹੋ ਰਿਹਾ ਵੀ, ਕਿਉਂਕਿ ਅਸੀਂ ਅੱਛਾ ਕੰਮ ਕਰ ਰਹੇ ਹਾਂ, ਨਾ ਕਿ ਭੈੜਾ ਕੰਮ ਕਰ ਰਹੇ ਹਾਂ। ਅਤੇ ਆਪਣੇ ਟ੍ਰੇਨ ਕਰਕੇ ਵਾਜਦੇ ਨੇ ਅਤੀਬਾੜ ਜੀ, ਭੈੜਾ ਕੰਮ ਤਾਂ ਨਹੀਂ ਹੈ ਵੀ, ਅੱਛੇ ਕੰਮ ਨੂੰ ਸਪੋਰਟ ਕਰੀਦਾ। ਮੇਰਾ ਯੂਟਿਊਬ ਚੈਨਲ ਬਣਿਆ ਰੀਅਲ ਟੈਲਰ ਆਫ ਪਾਕਿਸਤਾਨ, ਉਹਨੂੰ ਸਬਸਕ੍ਰਾਈਬ ਕਰੋ, ਆਪਣੀ ਮੁਹੱਬਤ ਦਿਵਾਓ ਕਿ ਤੁਸੀਂ ਵਾਕਈ ਪਾਕਿਸਤਾਨੀ ਅੱਛੇ ਕੰਮ ਨੂੰ ਸਪੋਰਟ ਕਰਦੇ ਹੋ। ਅਸਲਾਮ ਅਲੈਕੁਮ।